ਸਾਰਿਆਂ ਦਾ ਸਵਾਗਤ ਹੈ ਜੀ ਹਰਮਨ ਟੈਕਨੀਕਲ ਵਲੌਗਸ 'ਚ ਅਤੇ ਅੱਜ ਇਸ ਪੰਜਾਬੀ ਆਇਆ ਜਾਂ ਬਿਲਕੁਲ ਹੀ ਨਵਾਂ ਟਰੈਕਟਰ ਆ 413 ਘੰਟੇ ਚੱਲਿਆ ਅਤੇ ਇਹਦੀ ਕੇਮ ਚੇਂਜ ਹੋਣੀ ਆ ਟਰੈਕਟਰ ਦੀ ਤੁਸੀਂ ਦੇਖ ਹੀ ਸਕਦੇ ਹੋ ਬਿਲਕੁਲ ਨਵਾਂ ਅਤੇ ਖੋਲ੍ਹਣ ਦੀ ਸਟਾਰਟਿੰਗ ਕਰ ਲਈ ਅਤੇ ਸਾਰੇ ਜਿਹੜੇ ਪੈਨਲ ਨੇ ਉਹ ਵਧੀਆ ਸੈੱਟ ਕਰਕੇ ਰੱਖਾਇਆ ਐਵੇਂ ਨਹੀਂ ਵੀ ਕਿਤੇ ਸਿੱਟਤੇ ਨਟ ਸਾਰੇ ਇੱਕੋ ਇੱਕ ਜਿੱਥੇ ਜਿਹੜਾ ਨਟ ਖੋਲ੍ਹਿਆ ਉੱਥੇ ਹੀ ਲੱਗੂ ਕਈ ਮਿਸਤਰੀ ਕਰਦੇ ਨੇ ਵੀ ਨਟ ਇੱਕੋ ਜਿਹਾ ਹੁੰਦਾ ਅਤੇ ਉੱਥੇ ਹੀ ਲਾਉਂਦੇ ਨੇਗੇ ਵੀ ਜਗ੍ਹਾ ਚੇਂਜ ਕਰਦੇ ਨੇ ਨਟਾਂ ਦੀ ਜਿਹੜਾ ਨਟ ਜਿੱਥੋਂ ਖੁੱਲ੍ਹਿਆ ਉੱਥੇ ਲਾਵਾਂਗੇ ਬਿਲਕੁਲ ਨਵਾਂ ਟਰੈਕਟਰ ਆ ਅਤੇ ਬਣੇ ਰਹੋ ਵੀਡੀਓ 'ਚ ਅਤੇ ਟੈਸਟਿੰਗ ਵੀ ਕਰਾਂਗੇ ਅੱਗੇ ਟਰੈਕਟਰ ਦੀ ਚਲਾ ਕੇ ਦਿਖਾਵਾਂਗੇ ਤੁਹਾਨੂੰ ਵੀ ਕੀ ਫਰਕ ਹੈ ਪਹਿਲਾਂ ਬਿਫੋਰ ਦੀਆਂ ਫਿਰ ਆਫਟਰ ਦੀਆਂ ਸਭ ਕੁਛ ਕਰਾਂਗੇ ਬਣੇ ਰਹੋ ਵੀਡੀਓ 'ਚ ਆਹ ਟਰੈਕਟਰ ਕਰਨਾ ਜੀ ਆਪਾਂ ਨੇ ਇਹਦੀ ਕੇਮ ਸਾਫ ਕੇਮ ਕਰਨੀ ਪੰਜਾਬੀ ਜਮ੍ਹਾਂ ਨਵਾਂ ਟਰੈਕਟਰ ਆ ਸਾਰਾਂ ਦੀਆਂ ਤਲੀਆਂ ਨੇ ਫੁੱਲ ਖੋਲ੍ਹੀਆਂ ਹੋਈਆਂ ਜਮ੍ਹਾਂ ਜਮ੍ਹਾਂ ਫੁੱਲ ਖੋਲ੍ਹੀਆਂ ਨੇ ਅਤੇ ਮੋਡੀਫਿਕੇਸ਼ਨ ਤੋਂ ਪਹਿਲਾਂ ਦੀ ਜਿਹੜੀ ਵੀਡੀਓ ਬਣ ਰਹੀ ਆ ਅਤੇ ਇਸ ਤੋਂ ਬਾਅਦ ਜਿਹੜੀ ਬਣਨੀ ਆ ਉਹ ਤੁਹਾਨੂੰ ਫਰਕ ਪਤਾ ਲੱਗ ਹੀ ਜਾਊਗਾ ਮੋਡੀਫਿਕੇਸ਼ਨ ਤੋਂ ਬਾਅਦ ਜੇ ਆਪਾਂ ਨੂੰ ਐਂ ਲੱਗਦਾ ਫਿਰ ਆਪਣਾ ਮੇਰੇ ਨਾਲ ਮਾਰੋ ਬੱਚੇ ਕਰੋ ਹੈਗੀ ਹੈਗੀ ਗੇੜੇ 'ਤੇ ਗੇੜਾ ਲਾ ਦੇ ਗੁਰੀ ਗੁਰੀ ਗੇੜੇ 'ਤੇ ਗੇੜਾ ਦੇ ਗੇੜੇ 'ਤੇ ਗੇੜਾ ਦੇ ਹਾਂਜੀ ਬਾਈ ਜੀ ਅਤੇ ਇਹਦੀ ਬੋਡੀ ਖੁੱਲ੍ਹ ਚੁੱਕੀ ਆ ਕੂਲੈਂਟ ਇਹਦਾ ਕੱਢ ਲਿਆ ਅਤੇ ਤੇਲ ਕੱਢ ਲਿਆ ਅਤੇ ਇਸ ਤੋਂ ਬਾਅਦ ਇਹਦੇ ਬਾਅਦ ਦੋ ਟੁਕੜੇ ਹੋਣ ਜਾ ਰਹੇ ਨੇ ਵੀ ਇੰਨਾ ਟਰੈਕਟਰ ਅੱਡ ਹੋ ਜੂਗਾ ਉਹ ਲੈ ਕੇ ਅਤੇ ਬਾਕੀ ਪਿੱਛੇ ਅਤੇ ਬਾਕੀ ਅੱਗੇ ਦੀ ਵੀਡੀਓ ਵਾਸਤੇ ਬਣੇ ਰਹੋ ਆਹ ਨੌਣੇ ਬੰਦੇ ਨੇ ਵੀਡੀਓ ਬਣਾ ਰੱਖੀ ਆ ਕਹਿੰਦੇ ਮੈਨੂੰ ਦੱਸਿਆ ਹੀ ਨਹੀਂ ਬਾਬੇ ਬੰਦੇ ਨੇ ਕਹਿੰਦਾ ਮੈਂ ਵੀਡੀਓ ਬਣਾ ਲਈ ਮੈਂ ਉਹਦੇ ਚੈਨਲ 'ਤੇ ਪਾਊਂ ਗਾਈਜ਼ ਨਾ ਕਰ ਲਓ ਗਾਈਜ਼ ਬਾਬੇ ਫੋਲੋ ਕਰ ਲਓ ਇਹਨੇ ਉਹਦੇ ਚੈਨਲ ਬਣਾਉਣਾ ਹੀ ਨਹੀਂ ਕੌਲੀ ਬੰਦਾ ਇਹ ਸਿਰੇ ਦਾ ਇੰਨੀ ਕੋਲ ਕੋਈ ਬੰਦਾ ਨਹੀਂ ਕਰਦਾ ਅੱਜ ਲੈ ਅਸੀਂ ਖੋਲਦੇ ਹਾਂਗੇ ਅੱਜ ਚੈਨਲ ਖੁੱਲਿਆ ਲੈ ਅੱਜ ਖੋਲੇਗਾ 50 ਮਿਲੀਅਨ ਵਿਊ ਵੀਰੇ ਤੂੰ ਕੀ ਕਰੇ ਜਾ ਕੇ ਸੌਂਦਾ ਤੂੰ 50 ਮਿਲੀਅਨ ਸੌਂਦਾ ਸੌਂ ਕੀ ਆਇਆ ਸੀ ਮੈਂ ਨਾ ਹੁਣ ਦੁਬਾਰੇ ਸੌਂ ਜਾ ਤਾਂ ਹੀ ਤਾਂ ਮੈਂ ਇਹੀ ਗੱਲਾਂ ਕਰ ਰਿਹਾ ਅੱਜ ਚੈਨਲ ਖੁੱਲੇ ਲੈ ਮਤਲਬ ਨਹੀਂ ਸਮਝ ਆਇਆ ਸਾਨੂੰ ਇਹੀ ਜੀਆਂ ਗੱਲਾਂ ਤਾਂ ਆਪਣੀ ਸਮਝ ਆਇਆ ਇਸ ਤਾਂ ਬੋਲੀ ਤੁਹਾਡੇ ਪੈਰ ਕਾਹਤੋਂ ਜ਼ਿਆਦਾ ਚੱਲ ਰਹੇ ਨੇ ਤੁਸੀਂ ਤਾਰ ਕੱਢਤੀ ਜੀ ਉਧਰੋਂ ਉਪਰੋਂ ਹਲਿਆ ਬਾਈ ਉਤਰੀ ਤਾਂ ਮਿਸ ਵਾਹ ਲੁੱਚੀ ਘੁੱਗੀ ਕੌਮ ਬਦਨਾਮ ਫਿਰ ਇਹ ਗੱਲ ਚੰਗੀ ਤੇਰੀ ਯਾਰ ਕਰ ਗੁਰੀ ਲਓ ਬਾਬਿਓ ਇਹ ਕਿਹੜਾ ਗਾ ਲਓ ਬਾਬਿਓ ਕਹਿੰਦੇ ਕਿਹੜਾ ਤਿਆਰ ਹੋ ਰਿਹਾ ਕਹਿੰਦੇ 56-20 ਲਓ ਫਿਰ ਇਹਨੂੰ ਕਰ ਦਿੰਦੇ ਹੁਣ ਮੋਡੀਫਾਈ ਮੁੰਡੇ ਆਪਣੇ ਦੇਖਦੇ ਆ ਵੀ ਕਿਵੇਂ ਕਰਦੇ ਨੇ ਬਾਬੇ ਮੈਂ ਤਾਂ ਹਜੇ ਬੈਗ ਵੀ ਨਹੀਂ ਤਾਰ ਰਿਹਾ ਹਜੇ ਮੈਂ ਗਿਆ ਹੋਇਆ ਜੀ ਕੰਮ ਅੱਜ ਬੈਗ BAG I mean ਟੂ ਸੇ ਕਿੱਟ ਬਾਬੇ ਅੱਜ ਤਾਰਿਆ ਨਹੀਂ ਗਾ ਹਜੇ ਹੁਣ ਲਾਵਾਂਗੇ ਬੈਗ ਘਰੇ ਜਾ ਕੇ ਹਜੇ ਤਾਂ ਯਾਰ ਉਰੇ ਸਾਡੇ ਬੰਦੇ ਮੱਥਾ ਮਾਰਨ ਇਹ ਕੀ ਹੋ ਰਿਹਾ ਜੀ ਚਾਬੀ ਵੱਜ ਰਹੀ ਹੈ ਜੀ ਇਹ ਕਾਹਤੋਂ ਮਾਰ ਰਹੇ ਹੋ ਜੀ ਅੱਛਾ ਜੀ ਜੈਨ ਬਣਾ ਰਹੇ ਹੋ ਇਹ ਜੈਨ ਓਰੀਜਨਲ ਮਿਲਿਆ ਨਹੀਂ ਹੈਗਾ ਲਓ ਬਾਬੇ ਫਿਰ ਵੀ ਜੰਗਾੜ ਅਸੀਂ ਵੀ ਲਾ ਦਿੰਦੇ ਹਾਂਗੇ ਅਸੀਂ ਜੰਗਾੜੀ ਕੋਈ ਨਹੀਂ ਕਹਿੰਦੇ ਜੰਗਾੜ ਹੈ ਬਾਬੇ ਉਹ ਗੱਲਬਾਤ ਕਹਿੰਦੇ ਦੇਖੋ ਬਾਬੇ ਪੰਜਾਬੀ ਦੀ ਟਰਬੋ ਦੇਖ ਲੋ ਤੋਰਾਂਗੇ ਤਾਂ ਬਾਬੇ ਵੀ ਇਹਦੀ ਕੱਲੀ ਸਿਰਫ ਔਰ ਸਿਰਫ ਸੁਣ ਲੋ ਕੇਮ ਦੀ ਚੇਂਜਿੰਗ ਆਈ ਕੇਮ ਚੇਂਜ ਕਰੀ ਆ
ਤੇ ਬਾਕੀ ਪੰਪ ਦੀ ਸੈਟਿੰਗ ਨਾਰਮਲ ਸੈਟਿੰਗ ਕੋਈ ਖਾਸ ਸੈਟਿੰਗ ਨਹੀਂ ਕੁਛ ਨਹੀਂ ਤੁਸੀਂ ਟਰੈਕਟਰ ਆਪਦੇ ਮੂੰਹੋਂ ਦੱਸਿਓ ਵੀ ਕਿਵੇਂ ਲੱਗਦਾ ਕੱਲ ਪਹਿਲਾਂ ਵਾਲੀਆਂ ਵੀਡੀਓਜ਼ ਆਉਣਗੀਆਂ ਮੈਂ ਬਣਾ ਰੱਖੇ ਨੇ ਵੀਡੀਓਜ਼ ਉਹ ਪਹਿਲਾਂ ਵਾਲੀ ਵੀਡੀਓ ਐਡ ਕਰ ਦਾਂਗੇ ਐਡ ਹੋ ਜੀ ਟਰੈਕਟਰ ਚੱਲ ਰਿਹਾ ਮਜਬੂਰ ਹੈ ਜਿਵੇਂ ਤੋੜ ਕੇ ਤੁਰਨਾ ਮੰਨਦੇ ਉੱਥੇ ਐਵੇਂ ਨਾ ਚੈੱਕ ਕਰੋ ਤੁਸੀਂ ਐਵੇਂ ਚੈੱਕ ਕਰੋ ਰੂਟਾਵੀਟਰ ਦੇ ਚਾਰ ਪੰਜ ਬੰਦੇ ਚੜੋ ਜਿਹੜਾ ਬੰਦ ਹੋ ਗਿਆ ਹਾਂ ਕਿਹੜਾ ਲੰਬਾ ਅੜ ਕੇ ਖਾਸੀਅਤ ਇਹ ਆ ਤੇ ਬੰਦ ਹੁੰਦਾ ਤਾਂ ਰੇਂਜ ਦੱਬੀ ਗਈ ਤਾਂ ਇਹਨੇ ਚੱਕਰ ਪੂਰੇ ਕਰਨਾ ਇਨਲਾਈਨ ਕਰਦਾ ਨਹੀਂ ਹਾਂ ਇਹ ਗੱਲ ਸੱਚਾਈ ਹੈ ਬਾਬੇ ਜਿਹੜੀ ਖਾਸੀਅਤ ਇਹਦੀ ਹੈਗੀ ਆ ਇਹ ਟਰੈਕਟਰ ਨੇ ਐਵੇਂ ਬੜੇ ਟਰੈਕਟਰਾਂ ਦੀ ਜੀਭ ਕਢਾਈ ਹੈ ਤੇ ਬੜੇ ਬੰਦਿਆਂ ਦੀ ਵੀ ਲੰਬ ਕਢਾਈ ਹੈ ਚਲੋ ਹਾਸੀ ਨਹੀਂ ਆ ਗਈ ਇੱਕ ਪਾਸੇ ਜਿਹੜੀ ਕੁਆਲਿਟੀ ਸੱਚ ਹੈਗੀ ਆ ਉਹ ਹੈਗੀ ਆ ਹੋ ਸਕਦਾ ਵੀ ਕੋਈ ਕੁਆਲਿਟੀ ਨਹੀਂ ਹੈਗੀ ਬਾਈ ਹੌਲਣ ਨੂੰ ਇਹਦਾ ਲਵ ਜੂ ਨੋਣਾ ਟਰੈਕਟਰ ਨਾ ਯਾਰ ਹਾਸੀ ਮਜ਼ਾਕ ਇੱਕ ਪਾਸੇ ਬਾਕੀ ਪਰਾਂ ਹੋਵੋ ਇੱਕ ਪਾਸੇ ਦਾ ਹੁਣ ਇਹਦੇ ਇੰਟਰਕੂਲਰ ਦੇਖੋ ਬਾਬੇ ਚੈੱਕ ਆਊਟ ਕਰੋ ਇੰਟਰਕੂਲਰ ਕਿੱਟਾ ਇੰਟਰਕੂਲਰ ਇਹਦਾ ਬਾਈ ਗੱਲਬਾਤ ਇੰਟਰਕੂਲਰ ਦੀ ਵੀ ਇਹਦੀ ਐਂਟ ਆ ਬਾਕੀ ਟਰੈਕਟਰ ਨੂੰ ਹੋਣਾ ਕਰਨਾ ਵੱਡਾ ਲਵਾਏ ਵੱਡਾ ਲਵਾਇਆ ਨਹੀਂ ਹੋਇਆ ਇਹ ਕੰਪਨੀ ਕਿੱਟੜ ਆਇਆ ਜੀ ਹੈ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਆ ਗਏ ਕਰਨ ਦੇ ਫਾਦਰ ਸਾਹਿਬ ਹੁਣ ਚਲ ਵਧੀਆ ਬਾਬੇ ਕੰਮ ਦੱਬੀ ਰੱਖੋ ਮੈਂ ਅੱਜ ਲੇਟ ਹੋ ਗਿਆ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਜੀ ਪੂਰੇ ਵਧੀਆ ਜਮਾਂ ਵਧੀਆ ਕਿਉਂ ਮੁੰਡੇ ਕੰਮ ਕਿਵੇਂ ਕਰ ਰਹੇ ਨੇ ਫਿਰ ਕੰਮ ਤਾਂ ਲੱਗ ਰਹੇ ਨੇ ਕਰਨ ਵਧੀਆ ਹਿੰਮਤ ਹੀ ਨੇ ਮੁੰਡੇ ਆਹ ਬੰਦਾ ਇਹ ਇਕੱਲਾ ਦੇਖਦਾ ਕੰਮ ਵੀ ਠੀਕ ਕਰ ਰਹੇ ਨੇ ਕਿ ਨਹੀਂ ਹੱਥ ਦਿਖਾਈ ਨੋਣੇ ਬਾਬੇ ਅੱਜ ਤਾਂ ਕਾਲੇ ਨੇ ਮਾੜੇ ਮਾੜੇ ਆ ਤਾਂ ਸਿਆਣਾ ਬੰਦਾ ਸਾਡਾ ਇਹ ਭੇਜਿਆ ਤਾਂ ਹਰਾ ਲੈਣ ਦੀ ਗੱਲ ਇਹ ਫਿਰ ਸ਼ੌਂਕ ਹੈ ਨਾ ਬਈ ਆ ਕੇ ਟਰੈਕਟਰ ਲਵੇ ਨਾ ਗੱਲ ਵਧੀਆ ਹੀ ਹੈ ਨਾ ਚਲੋ ਆਪਦਾ ਗੱਲ ਚਲੋ ਪੈਸੇ ਕਮਾ ਲਏ ਤੇਰੇ ਜਵਾਨੀ ਜਾਣੀ ਕਿਤੇ ਫਿਰ ਤੁਸੀਂ ਹੈ ਚਲੋ ਬਾਬੇ ਇਹ ਤਾਂ ਹੁਣ ਮੇਰੇ ਤੇ ਤਵਾ ਲੱਗਣ ਲੱਗ ਗਿਆ ਹੁਣ ਆਪਾਂ ਬੰਦ ਹੀ ਕਰਦੀ ਤਾਂ ਹੀ ਚੰਗੀ ਰਹਾਂਗੇ ਨਹੀਂ ਹਾਸੀ ਚਲੋ ਮਜ਼ਾਕ ਹਾਸੀ ਮਜ਼ਾਕ ਹੁਣ ਤਾਂ ਗਾਣਾ ਨਹੀਂ ਤਾਂ ਇੰਨਾ ਟਾਈਮ ਕੰਮ ਵੀ ਨਹੀਂ ਹੁੰਦਾ ਜੀ ਲਗਾਤਾਰ ਤਾਂ ਹੁਣ ਕਹਿੰਦਾ ਮੈਂ ਪਿਆ ਨੀ ਗਾ ਇਹਨੇ ਬਾਬੇ ਵੀਡੀਓ ਤੁਸੀਂ ਦੱਸਿਓ ਕੀ ਕਿਹਾ ਸੀ ਮੈਂ ਸੌਂ ਕੇ ਆਇਆ ਸੀ ਮੈਂ ਕਲਿੱਪ ਐਡ ਕਰਤੀ ਦੇਖਿਓ
ਬਾਬਿਓ ਰਾਤ ਦਾ ਟਾਈਮ ਆ ਤੇ ਗੁਰੀ ਦਾ ਫਰਮਾ ਦੇਖੋ ਗੁਰੀ ਬਾਬਿਓ ਗੁਰੀ ਨੇ ਬਾਬਿਓ ਨੈਕਸਟ ਲੈਵਲ ਕਾਲ ਜਿਹੜੀ ਵੀਡੀਓ ਬਣੂ ਨਾ ਇਸੇ ਵੀਡੀਓ ਜਿਹੜੀ ਹੁਣ ਸਾਨੂੰ ਅੱਗ ਵਾਲੀ ਵੀਡੀਓ ਦਿਖਾਈ ਹੈਗੀ ਤੁਸੀਂ ਉਸ ਕਿ ਮੇਰਾ ਜਲੂਸ ਨਾ ਕੱਟ ਮੈਂ ਕਹਿੰਦਾ ਬਾਈ ਇਹਦਾ ਜਲੂਸ ਕੱਟਣਾ ਮਿਸਤਰੀ ਆ ਸਾਡਾ ਜਹਾਜ਼ ਇਹ ਸਾਡਾ ਫੋਰ ਤੇਰੀਆਂ ਤੇਰੀਆਂ ਅੱਖਾਂ ਖੋਲ ਕੇ ਬੰਨ ਦੂੰ ਇਹਨੂੰ ਵੱਜਦੀਆਂ ਨੇ ਵਾਰ-ਵਾਰ ਬਾਬਿਓ ਜਹਾਜ਼ ਬਣ ਗਿਆ ਟਰੈਕਟਰ ਦਾ ਨਹੀਂ ਇਹ ਤਾਂ ਵੀਡੀਓ ਆਊਗੀ ਤੇ ਇਹਦੀ ਤਾਂ ਉਹਦੀ ਆਈ ਹੋਈ ਤੁਹਾਡੇ ਕੋਲ ਵੀਡੀਓ ਬੜੀ ਘੈਂਟ ਮਾਰਦਾ ਯਾਰ ਸੌਂ ਲੱਗੇ ਜਿਹੜੀ ਹੋਊਗੀ ਸਹੀ ਹੈ ਜੀ ਹਾਂ ਇਹਦੀ ਓਏ ਇਹਦੀ ਤਾਂ ਕਿ ਦਿਮਾਗ ਵੀ ਨਹੀਂ ਖਰਾਬ ਕਰਦੀ ਹੈ ਓਏ ਓਏ ਸਿਟੀ ਦਿਮਾਗ ਵੀ ਖਰਾਬ ਕਰ ਦਿੰਦੀ ਆ ਬਾਬੇ ਹੋਰ ਓਏ ਬਾਬੇ ਜਿਹੜੀ ਛੱਤੀ ਦੀ ਤੇ ਵੈਸੇ ਹੀ ਲਵਾ ਲੈਂਦੇ ਹੈਗੇ ਜਗਾੜਿਆ ਕਰਾ ਕੇ ਉਹ ਚੀਜ਼ ਨਹੀਂ ਅਸਲ ਚੀਜ਼ ਉਹ ਆ ਇਹ ਅਸਲ ਹਾਂ ਟਰਬੋ ਦਾ ਹੀ ਫਰਕ ਹੈ ਜਿਹੜੀ ਚੀਜ਼ ਅਸਲ ਬਣੀ ਹੋਈ ਹੈ ਟਰਬੋ ਤੇ ਬੈਂਡੀ ਦਾ ਫਰਕ ਆ ਸਾਰਾ ਕੁਝ ਫਰਕ ਆ ਦਿਖਾਈ ਦੀ ਰਾਤ ਨੂੰ ਹੁਣ ਨੀਂਦ ਨਹੀਂ ਆਉਣੀ ਬਾਬੇ ਸਾਨੂੰ ਫਿਰ ਮੈਨੂੰ ਦੇਖੋ ਇਹ ਓਰੀਜਨਲ ਆ ਤੇ ਆ ਦੇਖੋ ਇਹਦਾ ਉਰਸ ਡਿਜ਼ਾਈਨਿੰਗ ਦਾ ਹੀ ਫਰਕ ਆ ਬਾਕੀ ਅੱਗ ਇੰਨੀ ਆਉਂਦੀ ਸੀ ਬਾਈ ਚਲੋ ਯਾਰ ਸਲੈਂਸਰ ਤੋਂ ਬਿਨਾਂ ਅੱਗ ਮਾਰਨੀ ਆ ਬਾਕੀ ਮੋਡੀਫਾਈ ਬਾਈ ਅਸੀਂ ਪੰਪ ਪੱਖੋਂ ਥੋੜ੍ਹਾ ਬਹੁਤਾ ਮੋਡੀਫਿਕੇਸ਼ਨ ਆ ਅਤੇ ਵੱਡੀ ਮੋਡੀਫਿਕੇਸ਼ਨ ਆ ਜਿਹੜੀ ਉਹ ਅੱਗੇ ਨੈਕਸਟ ਲੈਵਲ ਦੀ ਆਊ ਜੇ ਬਾਈ ਉਹਨਾਂ ਨੂੰ ਜਿੱਦਾਂ ਲੱਗੂਗਾ ਸਵੇਰੇ ਰਿਵਿਊ ਕਰਾਂਗੇ ਬਾਬੇ ਹੁਣ ਅੱਜ ਦਾ ਵਲੋਗ ਆਪਾਂ ਕਰਦੇ ਹਾਂ ਇੱਥੇ ਹੀ ਐਂਡ ਅਤੇ ਮਿਲਦੇ ਹੁਣ ਨੈਕਸਟ ਵਲੋਗ ਦੇ ਵਿੱਚ ਉਹ ਬਾਬੇ ਇੱਕ ਕੰਮ ਸੀਗਾ ਸ਼ੇਅਰ ਟੂ ਸਬਸਕ੍ਰਾਈਬ ਬਾਈ ਜੀ ਸਬਸਕ੍ਰਾਈਬ ਕਰ ਲਓ ਸਾਰੇ ਚੈਨਲ ਆਪਣਾ ਚੈਨਲ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਕਿਉਂਕਿ ਬਹੁਤ ਘੈਂਟ ਘੈਂਟ ਵੀਡੀਓ ਆ ਰਿਹਾ ਬਹੁਤ ਜ਼ਿਆਦਾ ਵੀਰੇ ਰਾਤ ਦਾ ਟਾਈਮ ਆ ਮੇਰੇ ਵੀ ਲੱਤਾਂ ਪਵਾਏਗਾ ਤੂੰ ਵੀ ਖਾਏਗਾ ਆਪਾਂ ਤਾਂ ਵੱਗ ਜਾਵਾਂਗੇ ਗੁਰੀ ਨੂੰ ਨਹੀਂ ਛੱਡਣਾ ਚਲੋ ਚਲੋ ਗੁਰੀ ਚੰਗਾ ਬਾਈ ਓਏ ਕਿਆ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਿਓ ਨਾ ਚਲੋ ਬਾਬੇ ਹੁਣ ਮਿਲਦੇ ਨਾ ਸਹੀ ਹੈ ਚਲੋ ਬਾਬੇ ਮਿਲਦਾ ਹੁਣ ਨੈਕਸਟ ਵਲੌਗ ਦੇ ਵਿੱਚ ਹੁਣ ਬਹੁਤ ਹੋ ਗਈ ਰਾਤ ਨੂੰ ਯਾਰ ਕੂਕਾਂ ਹੋਲਣ ਦੇ ਮਾਰੀ ਗੱਲ ਸਾਡੇ ਬੈਠੇ ਪਏ ਨੇ ਬੋਲ ਬੋਲ ਕੇ ਚਲੋ ਬਾਕੀ ਮਿਲਦੇ ਹੁਣ ਨੈਕਸਟ ਵਲੌਗ ਦੇ ਵਿੱਚ ਉਹਦੇ ਲਈ ਗੁੱਡ ਬਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਬਾਬੇ